ਮੇਰਾ ਐਕਚੁਅਲੀ ਕਿਤੇ ਕਿਤੇ ਮਨ ਕਰਦਾ ਸਿਮਰਜੀਤ ਸਿੰਘ ਮਾਨ ਨੂੰ ਮਿਲਣਾ। ਹਾਂ ਫਿਰ ਆ ਜਾਣ, ਇਹ ਆ ਜਾਣ, ਮੈਂ ਕਿਹੜਾ ਉਹਨਾਂ ਤੋਂ ਨੱਠਿਆ ਹੈਗਾ। ਮੈਂ ਤਾਂ ਬੜਾ ਖੁਸ਼ ਹੋਊਂਗਾ ਜੇ ਕੋਈ ਵੀ ਆ ਕੇ ਮੈਨੂੰ ਮਿਲੇ। ਮੈਂ ਉਹੀ ਕਹਿ ਰਿਹਾ, ਮੈਂ ਵੀ ਅੱਜ ਸਵੇਰੇ ਹੀ ਯੂਟਿਊਬ 'ਤੇ ਦੇਖ ਰਿਹਾ ਸੀ, ਉਹ ਕਹਿ ਰਹੇ ਸੀ ਕਿ ਮੈਨੂੰ ਪਤਾ ਤੁਸੀਂ ਮੈਨੂੰ ਹਰਾਓਗੇ, ਪਰ ਕੋਈ ਗੱਲ ਨਹੀਂ, ਮੈਂ ਤਾਂ ਅਗਲੀ ਵਾਰ ਵੀ ਆਊਂਗਾ। ਅਤੇ ਗੱਲ ਸਿੱਖ ਕੌਮ ਅਤੇ ਪੰਜਾਬ ਦੀ ਅਤੇ ਗਰੀਬਾਂ ਦੀ ਕਰੇ ਅਤੇ ਕਿਸਾਨਾਂ ਦੀ ਕਰੇ। ਤੁਸੀਂ ਕਦੇ ਮਿਲੇ ਹੋ ਸਿਮਰਜੀਤ ਸਿੰਘ ਮਾਨ ਨੂੰ? ਨਹੀਂ। ਕਦੇ ਕਦੇ ਤੁਹਾਡਾ ਨਹੀਂ ਹੁੰਦਾ ਜਿਵੇਂ ਪੁਰਾਣੇ ਲੀਡਰ ਨੇ ਜਿਹੜੇ ਵੀ ਉਹਨਾਂ ਨਾਲ ਬੈਠਾ ਤਾਂ ਜਾਵੇ ਯਾਰ, ਇਹਨਾਂ ਕੋਲ ਐਡਾ ਬੜਾ ਤਜਰਬਾ, ਚਾਹੇ ਉਹਨਾਂ ਦਾ ਟਰੈਕ ਹੋਰ ਆ, ਉਹਨਾਂ ਦੀ ਵਿਚਾਰਧਾਰਾ ਹੋਰ ਹੈ, ਬਿਓਂਡ ਦੀ ਡਿਵੈਲੋਜੀ, ਬਿਓਂਡ ਦੀ। ਮੇਰਾ ਐਕਚੁਅਲੀ ਕਿਤੇ ਕਿਤੇ ਮਨ ਕਰਦਾ ਸਿਮਰਜੀਤ ਸਿੰਘ ਮਾਨ ਨੂੰ ਮਿਲਣਾ, ਕਿਉਂਕਿ ਉਹਨਾਂ ਦੀ ਸੋਚ ਕੰਪਲੀਟਲੀ ਹੋਰ ਹੈ। ਸਮਝਣਾ ਚਾਹੁੰਦਾ ਸੋਚ ਪਰ ਖੜੇ ਰਹੇ ਉਹਦੇ ਤੇ, ਦੇਖੋ ਜੇ ਨੁਕਸਾਨ ਚੱਲ ਰਿਹਾ ਜੋ ਮਰਜ਼ੀ ਹੈ, ਮੈਂ ਉਹ ਕਹਿਣਾ ਖੜੇ ਰਹੇ ਹੁਣ ਵੀ ਕਹਿੰਦੇ ਹੈਗੇ, ਕਹਿੰਦੇ ਮੇਰੀ ਕੌਮ ਹੀ ਮੈਨੂੰ ਮਰਵਾ ਰਹੀ ਹੈ, ਕੋਈ ਗੱਲ ਨਹੀਂ ਮੇਰੀ ਕੌਮ ਨਹੀਂ ਵੋਟਾਂ ਪਾਉਂਦੀ, ਮੈਂ ਤਾਂ ਲੜਦਾ ਰਹੂੰਗਾ। ਇਹ ਵੀ ਪ੍ਰਚਾਰ ਇਹੀ ਕਰ ਰਿਹਾ। ਮੈਂ ਉਹੀ ਕਹਿ ਰਿਹਾ, ਮੈਂ ਵੀ ਅੱਜ ਸਵੇਰੇ ਹੀ ਯੂਟਿਊਬ 'ਤੇ ਦੇਖ ਰਿਹਾ ਸੀ, ਉਹ ਕਹਿ ਰਹੇ ਸੀ ਕਿ ਮੈਨੂੰ ਪਤਾ ਤੁਸੀਂ ਮੈਨੂੰ ਹਰਾਓਗੇ, ਪਰ ਕੋਈ ਗੱਲ ਨਹੀਂ, ਮੈਂ ਤਾਂ ਅਗਲੀ ਵਾਰ ਵੀ ਆਊਂਗਾ। ਅਤੇ ਤੁਹਾਨੂੰ ਲੱਗਦਾ ਨਹੀਂ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਮਤਲਬ ਇੰਟਰਸਟਿੰਗ ਪੰਜਾਬ ਦੀ ਰਾਜਨੀਤੀ 'ਚ, ਇਹ ਕਦੇ ਤੁਸੀਂ ਕਦੇ ਇੱਛਾ ਨਹੀਂ ਹੁੰਦੀ ਵੀ ਮਿਲੋ ਜਾਂ ਕਦੇ ਮਿਲੇ? ਸੁਖਬੀਰ ਬਾਦਲ ਦਾ ਪਿਛਲੇ ਦਿਨ ਮੈਂ ਇੰਟਰਵਿਊ ਕਰ ਰਿਹਾ ਸੀਗਾ, ਸੁਖਬੀਰ ਬਾਦਲ ਨੇ ਆਪਣੇ ਇੰਟਰਵਿਊ 'ਚ ਕਿਹਾ, ਸ਼ਾਇਦ ਤੁਸੀਂ ਸੁਣਿਆ ਪਤਾ ਨਹੀਂ, ਉਹ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਮਾਨ ਸਾਹਿਬ ਨੂੰ ਕਦੇ ਮਿਲਣ ਦੀ ਇੱਛਾ ਹੈ, ਕਹਿੰਦੇ ਹਾਂ ਮਾਨ ਸਾਹਿਬ ਨੂੰ ਮੈਂ ਮਿਲਣਾ ਚਾਹੁੰਦਾ ਹੈਗਾ। ਇੰਟਰਸਟਿੰਗ ਬੰਦੇ ਨੇ, ਉਹਨਾਂ ਨੇ ਕਿਹਾ। ਹਾਂ ਫਿਰ ਆ ਜਾਣ, ਇਹ ਆ ਜਾਣ, ਮੈਂ ਕਿਹੜਾ ਉਹਨਾਂ ਤੋਂ ਨੱਠਿਆ ਹੈਗਾ। ਪਰ ਫਿਰ ਉਹਨਾਂ ਨੂੰ ਜਿਹੜਾ ਵੋਟਰਸ ਘੱਲੀ ਨੂੰ ਅਸੀਂ ਮੈਮੋਰੈਂਡਮ ਦਿੱਤਾ ਸੀਗਾ, ਉਹਨਾਂ ਦੇ ਪਾਪਾ ਜੀ ਦੇ ਦਸਖਤ ਹੋਏ ਹੋਏ ਹੈ, ਉਹਦੇ 'ਤੇ ਵੀ ਤਾਂ ਕੋਈ ਗੱਲਬਾਤ ਮੇਰੇ ਨਾਲ ਕਰਨੀ ਪਊਗੀ। ਮੈਂ ਤਾਂ ਬੜਾ ਖੁਸ਼ ਹੋਊਂਗਾ ਜੇ ਕੋਈ ਵੀ ਆ ਕੇ ਮੈਨੂੰ ਮਿਲੇ ਅਤੇ ਗੱਲ ਸਿੱਖ ਕੌਮ ਅਤੇ ਪੰਜਾਬ ਦੀ ਅਤੇ ਗਰੀਬਾਂ ਦੀ ਕਰੇ ਅਤੇ ਕਿਸਾਨਾਂ ਦੀ ਕਰੇ ਅਤੇ ਪੰਜਾਬ ਦੇ ਕਿੱਤੇ ਦੀ ਕਰੇ, ਕੀ ਟਰਾਂਸਪੋਰਟ ਦੀ, ਵਪਾਰ ਦੀ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ। ਤੁਸੀਂ ਕਦੇ ਮਿਲੇ ਹੋ ਸਿਮਰਜੀਤ ਸਿੰਘ ਮਾਨ ਨੂੰ? ਨਹੀਂ। ਕਦੇ ਕਦੇ ਤੁਹਾਡਾ ਨਹੀਂ ਹੁੰਦਾ ਜਿਵੇਂ ਪੁਰਾਣੇ ਲੀਡਰ ਨੇ ਜਿਹੜੇ ਵੀ ਉਹਨਾਂ ਨਾਲ ਬੈਠਾ ਤਾਂ ਜਾਵੇ ਯਾਰ, ਇਹਨਾਂ ਕੋਲ ਐਡਾ ਬੜਾ ਤਜਰਬਾ, ਚਾਹੇ ਉਹਨਾਂ ਦਾ ਟਰੈਕ ਹੋਰ ਆ, ਉਹਨਾਂ ਦੀ ਵਿਚਾਰਧਾਰਾ ਹੋਰ ਹੈ, ਬਿਓਂਡ ਦੀ ਡਿਵੈਲੋਜੀ, ਬਿਓਂਡ ਦੀ। ਮੇਰਾ ਐਕਚੁਅਲੀ ਕਿਤੇ ਕਿਤੇ ਮਨ ਕਰਦਾ ਸਿਮਰਜੀਤ ਸਿੰਘ ਮਾਨ ਨੂੰ ਮਿਲਣਾ, ਕਿਉਂਕਿ ਉਹਨਾਂ ਦੀ ਸੋਚ ਕੰਪਲੀਟਲੀ ਹੋਰ ਹੈ। ਸਮਝਣਾ ਚਾਹੁੰਦਾ ਸੋਚ ਪਰ ਖੜੇ ਰਹੇ ਉਹਦੇ ਤੇ, ਦੇਖੋ ਜੇ ਨੁਕਸਾਨ ਚੱਲ ਰਿਹਾ ਜੋ ਮਰਜ਼ੀ ਹੈ, ਮੈਂ ਉਹ ਕਹਿਣਾ ਖੜੇ ਰਹੇ ਹੁਣ ਵੀ ਕਹਿੰਦੇ ਹੈਗੇ, ਕਹਿੰਦੇ ਮੇਰੀ ਕੌਮ ਹੀ ਮੈਨੂੰ ਮਰਵਾ ਰਹੀ ਹੈ, ਕੋਈ ਗੱਲ ਨਹੀਂ ਮੇਰੀ ਕੌਮ ਨਹੀਂ ਵੋਟਾਂ ਪਾਉਂਦੀ, ਮੈਂ ਤਾਂ ਲੜਦਾ ਰਹੂੰਗਾ। ਇਹ ਵੀ ਪ੍ਰਚਾਰ ਇਹੀ ਕਰ ਰਿਹਾ। ਮੈਂ ਉਹੀ ਕਹਿ ਰਿਹਾ, ਮੈਂ ਵੀ ਅੱਜ ਸਵੇਰੇ ਹੀ ਯੂਟਿਊਬ 'ਤੇ ਦੇਖ ਰਿਹਾ ਸੀ, ਉਹ ਕਹਿ ਰਹੇ ਸੀ ਕਿ ਮੈਨੂੰ ਪਤਾ ਤੁਸੀਂ ਮੈਨੂੰ ਹਰਾਓਗੇ, ਪਰ ਕੋਈ ਗੱਲ ਨਹੀਂ, ਮੈਂ ਤਾਂ ਅਗਲੀ ਵਾਰ ਵੀ ਆਊਂਗਾ। ਅਤੇ ਤੁਹਾਨੂੰ ਲੱਗਦਾ ਨਹੀਂ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਮਤਲਬ ਇੰਟਰਸਟਿੰਗ ਪੰਜਾਬ ਦੀ ਰਾਜਨੀਤੀ 'ਚ, ਇਹ ਕਦੇ ਤੁਸੀਂ ਕਦੇ ਇੱਛਾ ਨਹੀਂ ਹੁੰਦੀ ਵੀ ਮਿਲੋ ਜਾਂ ਕਦੇ ਮਿਲੇ? ਸੁਖਬੀਰ ਬਾਦਲ ਦਾ ਪਿਛਲੇ ਦਿਨ ਮੈਂ ਇੰਟਰਵਿਊ ਕਰ ਰਿਹਾ ਸੀਗਾ, ਸੁਖਬੀਰ ਬਾਦਲ ਨੇ ਆਪਣੇ ਇੰਟਰਵਿਊ 'ਚ ਕਿਹਾ, ਸ਼ਾਇਦ ਤੁਸੀਂ ਸੁਣਿਆ ਪਤਾ ਨਹੀਂ, ਉਹ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਮਾਨ ਸਾਹਿਬ ਨੂੰ ਕਦੇ ਮਿਲਣ ਦੀ ਇੱਛਾ ਹੈ, ਕਹਿੰਦੇ ਹਾਂ ਮਾਨ ਸਾਹਿਬ ਨੂੰ ਮੈਂ ਮਿਲਣਾ ਚਾਹੁੰਦਾ ਹੈਗਾ। ਇੰਟਰਸਟਿੰਗ ਬੰਦੇ ਨੇ, ਉਹਨਾਂ ਨੇ ਕਿਹਾ। ਹਾਂ ਫਿਰ ਆ ਜਾਣ, ਇਹ ਆ ਜਾਣ, ਮੈਂ ਕਿਹੜਾ ਉਹਨਾਂ ਤੋਂ ਨੱਠਿਆ ਹੈਗਾ। ਪਰ ਫਿਰ ਉਹਨਾਂ ਨੂੰ ਜਿਹੜਾ ਵੋਟਰਸ ਘੱਲੀ ਨੂੰ ਅਸੀਂ ਮੈਮੋਰੈਂਡਮ ਦਿੱਤਾ ਸੀਗਾ, ਉਹਨਾਂ ਦੇ ਪਾਪਾ ਜੀ ਦੇ ਦਸਖਤ ਹੋਏ ਹੋਏ ਹੈ, ਉਹਦੇ 'ਤੇ ਵੀ ਤਾਂ ਕੋਈ ਗੱਲਬਾਤ ਮੇਰੇ ਨਾਲ ਕਰਨੀ ਪਊਗੀ। ਮੈਂ ਤਾਂ ਬੜਾ ਖੁਸ਼ ਹੋਊਂਗਾ ਜੇ ਕੋਈ ਵੀ ਆ ਕੇ ਮੈਨੂੰ ਮਿਲੇ ਅਤੇ ਗੱਲ ਸਿੱਖ ਕੌਮ ਅਤੇ ਪੰਜਾਬ ਦੀ ਅਤੇ ਗਰੀਬਾਂ ਦੀ ਕਰੇ ਅਤੇ ਕਿਸਾਨਾਂ ਦੀ ਕਰੇ ਅਤੇ ਪੰਜਾਬ ਦੇ ਕਿੱਤੇ ਦੀ ਕਰੇ, ਕੀ ਟਰਾਂਸਪੋਰਟ ਦੀ, ਵਪਾਰ ਦੀ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ।